ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਬਾਪਰਿਆ ਕਹਿਰ ਟਰੈਕਟਰ ਟਰਾਲੀ ਤੇ ਬੈਠੇ 11 ਲੋਕਾਂ ਦੀ ਹੋਈ ਮੌਕੇ ਤੇ ਮੌਤ ਕਈ ਜ਼ਖਮੀ ਸ਼ਾਇ ਸੋਗ ਦੀ ਲਹਿਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਘਟਨਾ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਕੱਲ ਦੁਸਹਿਰੇ ਵਾਲੇ ਦਿਨ ਜਿਹੜੇ ਦਰਾਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਲਈਆਂ ਹਨ ਦਰਸਾ ਲੋ ਦੁਸਹਿਰੇ ਵਾਲੇ ਦਿਨ ਬਹੁਤ ਵੱਡਾ ਹਰਸਾ ਵਾਪਰ ਗਿਆ ਜਿਸ ਦੇ ਚੱਲਦੇ ਹੋਏ 11 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ 17 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 6 ਦੀ ਹਾਲਤ ਬਹੁਤ ਜ਼ਿਆਦਾ ਨਾਜ਼ਕ ਬਣੀ ਹੋਈ ਹੈ ਤੇ ਘਟਨਾ ਝਾਂਸੀ ਦੀ ਦੱਸੀ ਜਾ ਰਹੀ ਹੈ ਜਿੱਥੇ ਟਰੈਕਟਰ ਟਰਾਲੀ ਪਲਟਣ ਦੇ ਨਾਲ ਕਈ ਜਾਨਾਂ ਮੌਕੇ ਤੇ ਚਲੀਆਂ ਗਈਆਂ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਤੇ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਝਾਂਸੀ ਦੇ ਥਾਣਾ ਚਰਗਾਮ ਖੇਤਰ ਵਿੱਚ ਇੱਕ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ 25 ਤੋਂ 30 ਲੋਕ ਪਿੰਡ ਸਰੋਨਾ માતા ਦੇ ਮੰਦਰ ਦੇ ਜਵਾਹੇ ਚੜਾਉਣ ਜਾ ਰਹੇ ਸਨ ਤੇ ਇਸੇ ਦੌਰਾਨ ਡਰਾਈਵਰ ਨੇ ਟਰੈਕਟਰ ਤੋਂ ਆਪਣਾ ਕੰਟਰੋਲ ਗਵਾ ਦਿੱਤਾ ਤੇ ਸੜਕ ਕਿਨਾਰੇ ਪਲਟ ਗਿਆ ਟਰੈਕਟਰ ਟਰਾਲੀ ਦੇ ਹੀਠਾਂ ਦੱਬਣ ਦੇ ਕਾਰਨ 11 ਲੋਕਾਂ ਨੇ ਮੌਕੇ ਤੇ ਦਮ ਤੋੜ ਦਿੱਤਾ ਜਰਕੇ ਮੌਕੇ ਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ